ਗੁਰਦੁਆਰਾ ਸਾਹਿਬ ਦੇ ਬਾਹਰ ਮੂੰਹ ਟੱਕੀ ਖੜੇ ਇਹਨਾਂ ਪਿੰਡ ਵਾਸੀਆਂ ਨੂੰ ਇਸ ਟਾਈਮ ਸਾਰੇ ਨਗਰ ਦੀ ਚਿੰਤਾ ਹੋਈ ਪਈ ਹੈ। ਜਦੋਂ ਕਿਸਾਨੀ ਮੋਰਚੇ 'ਚ ਸ਼ਹੀਦ ਹੋਏ ਕਿਸਾਨ ਦੀ ਗੁਰਦੁਆਰਾ ਸਾਹਿਬ 'ਚ ਅੰਤਿਮ ਅਰਦਾਸ ਹੋਣੀ ਸੀ, ਪਰ ਉਸ ਸਮੇਂ ਇੱਕ ਅਜਿਹੀ ਘਟਨਾ ਵਾਪਰ ਗਈ ਕਿ ਹੁਣ ਸਾਰੇ ਪਿੰਡ ਨੂੰ ਭਾਜੜਾਂ ਪਈਆਂ ਹੋਈਆਂ ਨੇ। दरअसल मामला संगरूर दे सकरौंदी पिंड तों सामने आया है, जिथे सेहत विभाग कोल पिंड वासियां ने उस समय आना शुरू कर दिता जदों एक ग्रंथी सिंह वल्लों गुरद्वारा साहब विच देग बरता दित्ती गई। ते बाद विच जो मामला सामने आया उसने सारयां नूं हैरान कर दिता। यह दिल्ली मोर्चे दे विच साडे पिंड दा किसान गया है जी करमजीत सिंह, उहदी 23 तरीक नूं डैथ हो गई सी, उहदा जिहदा संबंध दे विच 1 तरीक नूं भोग रख्या होया सी। ਅਤੇ ਭੋਗ ਦੇ ਵਿੱਚ ਸਾਰਾ ਕੁਛ ਨਗਰ ਮਤਲਬ ਕੀਰਤਨ ਵਗੈਰਾ ਕੀਤਾ ਬਾਬਾ ਜੀ ਨੇ। ਸ਼ਾਮ ਨੂੰ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆਈ। ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਜਾਣੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਰਿਹਾ, ਵੈਸੇ ਤਾਂ ਕੱਲ੍ਹ ਸਾਰਿਆਂ ਨੂੰ ਪਤਾ ਲੱਗਿਆ ਜਾਣੀ 2 ਤਰੀਕ ਨੂੰ, ਅਤੇ ਜਾਣੀ ਹੁਣ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ। ਜਿਹੜੇ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਆਏ ਨੇ ਜਾਂ ਜਿਨ੍ਹਾਂ ਨੇ ਦੇਖ ਲਈ ਆ, ਜਾਣੀ ਉਹ ਸਾਰੇ ਡਰੇ ਹੋਏ ਨੇ ਵੀ ਵੀ ਹੋ ਸਕਦਾ ਇਹ ਨਾਮਰਾਦ ਬਿਮਾਰੀ 'ਚ ਕਿਸੇ ਨੂੰ ਵੀ ਚਿੰਬੜ ਸਕਦੀ ਹੈ। ਤੁਸੀਂ ਕਰਵਾਇਆ? ਮੈਂ ਜੀ ਹਲੇ ਨਹੀਂ ਕਰਾਇਆ ਟੈਸਟ। ਉਹ ਇਸ ਪਰਿਵਾਰ ਨਾਲ ਜਾਂ ਗ੍ਰੰਥੀ ਸਿੰਘ ਨਾਲ ਨੇੜੇ ਨੇ ਟੱਚ ਰਹੇ ਨੇ ਵੀ ਉਹਨਾਂ ਨੂੰ ਕਰਵਾਉਣਾ ਚਾਹੀਦਾ। ਵੀ ਕੱਲ੍ਹ ਅਨਾਊਂਸਮੈਂਟ ਕੱਲ੍ਹ ਵੀ ਹੋਈ ਹੈ ਜੀ, ਇਹਦੇ ਸੰਬੰਧ ਵਿੱਚ ਵੀ ਆਪਣੀ ਟੀਮ ਆ ਰਹੀ ਹੈ ਸਿਹਤ ਵਿਭਾਗ ਦੀ, ਅੱਜ ਵੀ ਕਰਾਈ ਆ ਵੀ ਡਿਸਪੈਂਸਰੀ 'ਚ ਮਤਲਬ ਚੈੱਕਅਪ ਹੋ ਰਿਹਾ, ਜਿਹੜਾ ਸੈਂਪਲ ਵਗੈਰਾ ਲੈਣਗੇ ਸਾਰੇ ਉੱਥੇ ਜਾ ਕੇ ਕਰਵਾਉਣ ਜਾ ਕੇ। ਮੈਂ ਸਾਰੇ ਪਿੰਡ ਦੇ ਵਾਸੀ ਜਾਣੀ ਇਸ ਦਾ ਨਾਲ ਸਹਿਯੋਗ ਦੇਣ ਨੂੰ ਤਿਆਰ ਨੇ ਵੀ ਮਤਲਬ ਤਾਂ ਕਿ ਇਸ ਬਿਮਾਰੀ ਤੋਂ ਕਿਵੇਂ ਨਾ ਕਿਵੇਂ ਮਤਲਬ ਛੁਟਕਾਰਾ ਹੋ ਸਕਦਾ। 31 ਤਰੀਕ ਆ ਦਿਨ ਇਹ ਰਿਪੋਰਟ ਕਰਵਾ ਕੇ ਆਏ ਤੇ ਜੀ, ਅਤੇ 31 ਤਰੀਕ ਨੂੰ ਇਹਨਾਂ ਨੂੰ 3 ਵਜੇ ਪਤਾ ਲੱਗਿਆ ਜੀ। ਇਹਨਾਂ 3 ਵਜੇ ਸਾਨੂੰ ਦੱਸਿਆ, 4 ਵਜੇ ਦੇ ਗੇੜ 'ਚ ਦੱਸਿਆ ਜੀ ਸਾਨੂੰ ਵੀ ਐਂ ਕਰਕੇ ਇਹਨਾਂ ਨੂੰ ਕਿਹਾ ਵੀ ਮੇਰੀ ਰਿਪੋਰਟ ਆ ਗਈ ਜੀ ਮੇਰੀ ਐਸਲੋਟ, ਅਤੇ ਉਹਨਾਂ ਨੇ ਕੀ ਕੀਤਾ ਜੀ, ਇਹਨਾਂ ਨੂੰ ਆਖਿਆ ਵੀ ਤੁਸੀਂ ਅੰਦਰੇ ਰਹੋ ਵੀ ਪ੍ਰਕਾਸ਼ ਨਹੀਂ ਕਰਨਾ ਨਾ ਤੁਸੀਂ ਕਾਸ਼ਨ ਕਰਨਾ ਜੀ, ਅਤੇ ਇਹ ਅੰਦਰ ਕਰਤੇ ਜੀ ਇਹ। ਉਦੋਂ ਬਾਅਦ ਜੀ ਇਹਨਾਂ ਦਾ ਐਡਰੈਸ ਸੀ ਇਹਨਾਂ ਬੋੜਾਂ ਕਲਾਂ ਦੇ ਪਿੰਡ ਇਹਨਾਂ ਬੋੜਾਂ ਕਲਾਂ ਜੀ, ਉੱਥੇ ਐਡਰੈਸ ਇਹਨਾਂ ਦਾ ਉੱਥੇ ਦਾ ਜੀ ਆਧਾਰ ਕਾਰਡ ਦਾ ਜੀ। ਉਦੋਂ ਬਾਅਦ ਜੀ ਟੀਮ 'ਤੇ ਜਿਹੜੀ ਸਿਹਤ ਵਿਭਾਗ ਵੱਲੋਂ ਜੀ ਉਹ ਬੋੜਾਂ ਕਲਾਂ ਚਲੀ ਗਈ ਜੀ, ਉਹਨਾਂ ਨੂੰ ਉੱਥੋਂ ਪਤਾ ਲੱਗਿਆ ਵੀ ਉਹ ਗ੍ਰੰਥੀ ਸਿੰਘ ਸਕਰਾਉਂਦੀ ਰਹਿੰਦੇ ਨੇ ਜੀ, ਉਹ ਟੀਮ ਸਕਰਾਉਂਦੀ ਆ ਗਈ ਜੀ। ਉਦੋਂ ਬਾਅਦ ਡਿਸਪੈਂਸਰੀ ਦੇ ਵਿੱਚ ਆਈ ਜੀ, ਬਾਬਾ ਜੀ ਵੀ ਉੱਥੇ ਜੀ ਜਵਾਕਾਂ ਨੂੰ ਲੈ ਕੇ ਗਏ ਹੋਏ ਤੇ ਜੀ ਟੈਸਟ ਕਰਾਉਣ ਵਾਸਤੇ ਜੀ, ਅਤੇ ਉਹ ਟੀਮ ਨੇ ਜਾ ਕੇ ਆ ਕੇ ਜੀ ਇਹਨਾਂ ਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਦੇ ਵਿੱਚ ਅੱਡ ਇਹਨਾਂ ਨੂੰ ਕੁਆਰੰਟਾਈਨ ਕਰਤਾ ਜੀ 15 ਦਿਨ ਵਾਸਤੇ ਜੀ, ਇਹਨਾਂ ਨੂੰ ਕਿੱਟ ਦੇ ਦਿੱਤੀ ਜੀ ਉਹਨਾਂ ਨੇ ਜੀ। ਅਤੇ ਉਦੋਂ ਬਾਅਦ ਜੀ ਸਮਝ ਲਓ ਜੀ ਸਾਰੇ ਪਿੰਡ ਨੂੰ ਜਿੰਨੇ ਵੀ ਗ੍ਰੰਥੀ ਸਿੰਘ ਦੇ ਲਵੇ ਲਾਉਣੇ ਲੱਗਦੇ ਤੇ ਬੰਦੇ ਜੀ, ਉਹਨਾਂ ਨੇ ਸਾਰੇ ਆਪੋ ਆਪਦੇ ਟੈਸਟ ਕਰਵਾਏ ਨੇ ਜੀ, ਉਹ ਸਾਰੇ ਠੀਕ ਆਏ ਨੇ, ਕੋਈ ਕਿਸੇ ਨੂੰ ਆਇਆ ਨਹੀਂ। ਇਹੀ ਗੱਲ ਜੀ, ਅੱਜ ਫਿਰ ਉਹ ਟੀਮ ਆਈ ਹੋਈ ਹੈ ਜੀ ਡਿਸਪੈਂਸਰੀ ਦੇ ਵਿੱਚ, ਅੱਜ ਫਿਰ ਉਹ ਸਾਰਿਆਂ ਦੇ ਟੈਸਟ ਕਰ ਰਹੇ ਨੇ ਜੀ। ਪਿੰਡ ਦਾ ਕੀ ਮਾਹੌਲ ਹੋਇਆ ਸੀ ਜਦੋਂ ਪਤਾ ਲੱਗਿਆ? ਜਦੋਂ ਪਤਾ ਲੱਗਿਆ ਪਿੰਡ ਦੇ ਵਿੱਚ ਬਹੁਤ ਸ਼ਹਿਮ ਦਾ ਮਾਹੌਲ ਹੋ ਗਿਆ ਜੀ, ਬਹੁਤ ਹਰੇਕ ਬੰਦੇ ਨੂੰ ਮਹਿਸੂਸ ਹੋਇਆ ਵੀ ਬਹੁਤ ਕੰਮ ਗਲਤ ਹੋਇਆ ਜੀ ਇਹ, ਅਤੇ ਵੀ ਹੋਣਾ ਨਹੀਂ ਚਾਹੀਦਾ ਸੀ। ਇਹ ਗ੍ਰੰਥੀ ਸਿੰਘ ਨੂੰ ਪਹਿਲਾਂ ਜੇ ਬਿਖਾ ਤੀ 10 ਦੇਣਾ ਚਾਹੀਦਾ ਸੀਗਾ ਜੀ। ਪਿੰਡ ਵਾਸੀਆਂ ਨੂੰ ਰਿਪੋਰਟ ਕਰਵਾਉਣੀ ਚਾਹੀਦੀ ਹੈ ਜੀ, ਵੀ ਐਂ ਵੀ ਚਲੋ ਪਤਾ ਲੱਗ ਜਾਂਦਾ ਅਗਲੇ ਨੂੰ ਵੀ ਕੀ ਰਿਪੋਰਟ ਦੇ ਵਿੱਚ ਨੈਗੇਟਿਵ ਆ ਪੋਜ਼ਿਟਿਵ ਆ ਆਪਣੀ, ਵੀ ਚਲੋ ਡਰ ਚੱਕਿਆ ਜਾਂਦਾ ਬੰਦੇ ਦਾ। ਦੂਸਰੇ ਪਾਸੇ ਇਸ ਮਾਮਲੇ 'ਚ ਗ੍ਰੰਥੀ ਸਿੰਘ ਦਾ ਕੀ ਕਹਿਣਾ ਤੁਸੀਂ ਆਪ ਹੀ ਸੁਣ ਲਵੋ। ਆਪਾਂ ਨੇ ਰਿਪੋਰਟ ਕਿੱਥੇ ਕਰਾਈ ਸੀ ਜੀ? ਹਸਪਤਾਲ ਦੇ ਵਿੱਚ, ਸਰਕਾਰੀ ਦੇ ਵਿੱਚ। ਤੁਹਾਨੂੰ ਜਿਹੜੀ ਪਹਿਲਾਂ 1/2 ਘੰਟੇ ਵਾਲੀ ਰਿਪੋਰਟ ਸੀ ਉਹ 'ਚ ਪਤਾ ਲੱਗਿਆ ਸੀ ਕੁਛ? ਨਹੀਂ, ਉਹ 'ਤੇ ਕੁਛ ਮਤਲਬ ਕਿ ਕੋਈ ਇੱਦਾਂ ਦੇ ਸੀਮੈਂਟ ਕੋਈ ਇੱਦਾਂ ਦਾ ਤੁਹਾਡੇ ਵਾਈਫ ਜੀ ਪੋਜ਼ਿਟਿਵ ਹੈ? ਕੋਈ ਤਕਲੀਫ ਤੁਹਾਨੂੰ? ਕੋਈ ਤਕਲੀਫ ਨਹੀਂ ਜੀ, ਬਸ ਕਾਫੀ ਨਾ ਮੈਂ ਨਾਰਮਲ ਪਹਿਲਾਂ ਹੁੰਦਾ ਜੀ, ਆਪਾਂ ਕਹਿੰਦੇ ਤੋਂ ਪਹਿਲਾਂ ਵੀ ਹੁੰਦਾ ਵੀ ਹੋਣੀ ਹੋਵੇ। ਫਿਲਹਾਲ ਸਿਹਤ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਬਹੁਤ ਸਹਿਯੋਗ ਆ ਪਿੰਡ ਦਾ। ਕੱਲ੍ਹ ਵੀ ਅਸੀਂ ਮਤਲਬ 28 ਨੇ ਜਿਹੜੇ ਸੈਂਪਲਿੰਗ 28 ਜਣਿਆਂ ਦੀ ਸੈਂਪਲਿੰਗ ਕੀਤੀ ਆ। ਇਹਨਾਂ ਨੂੰ ਵੀ ਬਹੁਤ ਪਰਵਾਹ ਹੈ, ਪਿੰਡ ਵਾਲਿਆਂ ਨੂੰ ਵੀ। ਇਹਨਾਂ ਨੇ ਆਪਣਾ ਸਾਰਿਆਂ ਨੇ ਅੱਜ ਵੀ ਸੈਂਪਲਿੰਗ ਹੋ ਰਹੀ ਹੈ ਇੱਥੇ, ਅਤੇ ਮੈਂ ਸਟਾਰਟ ਕਰਤੀ ਅੱਜ ਵੀ ਸੈਂਪਲਿੰਗ। ਹੁਣ ਤੱਕ ਕਿੰਨੇ ਮਰੀਜ਼ਾਂ ਦੀ ਹੋ ਚੁੱਕੀ ਆ? ਹੁਣ ਤੱਕ ਹਾਲੇ ਤਾਂ 4 ਮਰੀਜ਼ ਦੀ ਹੋਈ ਆ, ਬਾਕੀ ਹੌਲੀ ਹੌਲੀ ਆ ਜਾਣਗੇ। ਅਸੀਂ ਅਨਾਊਂਸਮੈਂਟ ਕਰਵਾਤੀ ਆ ਵੀ ਜਿਨ੍ਹਾਂ ਨੂੰ ਵੀ ਲੱਗਦਾ ਹੈ ਨਾ ਸੈਂਪਲਿੰਗ ਵਾਲਾ ਵੀ ਜਿਹੜੇ ਉਸ ਦਿਨ ਭੋਗ 'ਤੇ ਆਏ ਸੀ ਜਾਂ ਕੁਛ ਵੀ ਲੱਛਣ ਲੱਗਦੇ ਨੇ ਖੰਘ ਜ਼ੁਕਾਮ ਬੁਖਾਰ ਦੇ, ਉਹ ਆਪਣੀ ਸੈਂਪਲਿੰਗ ਇੱਥੇ ਆ ਕੇ ਕਰਵਾ ਸਕਦੇ। ਅਸੀਂ ਇੱਥੇ ਆ ਜਾਣਾ। ਰਿਪੋਰਟਾਂ ਉਹਨਾਂ ਦੀਆਂ ਸਾਰਿਆਂ ਦੀਆਂ ਨੈਗੇਟਿਵ ਆਈਆਂ ਨੇ ਜੀ। ਉਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਸਾਈਨ ਐਂਡ ਸਿਮਟਮ ਖੰਘ ਜ਼ੁਕਾਮ ਬੁਖਾਰ ਕਿਸੇ ਨੂੰ ਨਹੀਂ ਸੀ, ਪਰ ਅਸੀਂ ਸਿਰਫ ਸ਼ੱਕ ਦੇ ਆਧਾਰ 'ਤੇ ਕੀਤੀਆਂ, ਪਰ ਸਾਰਿਆਂ ਦੀ ਰਿਪੋਰਟ ਅੱਜ ਤੱਕ ਨੈਗੇਟਿਵ ਹੀ ਆਈ ਆ, ਕਿਸੇ ਦੀ ਪੋਜ਼ਿਟਿਵ ਨਹੀਂ ਆਈ। ਕਾਬਲੇ ਗੌਰ ਹੈ ਕਿ ਇਸ ਭੋਗ ਸਮਾਗਮ ਦੇ ਵਿੱਚ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਦੇ ਨਾਲ ਕਈ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ, ਪਰ ਹੁਣ ਪਿੰਡ ਵਿੱਚ ਜਿਸ ਤਰ੍ਹਾਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਇਸ 'ਤੇ ਰੱਬ ਦਾ ਸ਼ੁਕਰਾਨਾ ਵੀ ਕਰਨਾ ਬਣਦਾ।
ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ। मेहनत मेरी रहमत खुदा दी मुसलमानी रूहानी अते काले इलम दे माहिर मौलाना अब्दुल जी 7967 9275 चमत्कार हुंदे देखो अपनियां अखां सामने 100% गारंटी नाल पाओ हर परेशानी दा हल। पति पत्नी च झगड़ा सौतन दुश्मन तो छुटकारा तलाक केस विदेश च पक्का होना जादू टोने ते कीता किराया दा खात्मा गुप्त वशीकरण कराओ मन च हा प्रेमी प्रेमिका अपने वश च करो लाटरी नंबर पाओ भावें 649 होवे जां लुट्टो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाड़ा प्यार टुटन नहीं देवांगा संपर्क करो 7967 9275।